ਪਤਵੰਤੇ ਸਿੰਘਾਂ ਨੂੰ ਮਹਿਰਾਜ, ਹਸਤੀਆਂ ਨੂੰ ਮਹਿਰਾਜ, ਸ਼ਖਸੀਅਤਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਨਿੱਘੀ ਦੀਆਂ ਕਹਿੰਦੇ ਹਾਂ, ਤੁਹਾਡਾ ਚੱਲ ਕੇ ਇੱਥੇ ਆਉਣ ਲਈ ਮਿਹਰਬਾਨੀ ਸ਼ੁਕਰੀਆ, ਤੁਹਾਡਾ ਚੱਲ ਕੇ ਇੱਥੇ ਆਉਣ ਲਈ ਮਿਹਰਬਾਨੀ ਸ਼ੁਕਰੀਆ, ਇੰਨਾ ਪਿਆਰ ਜਿਤਾਉਣ ਲਈ ਮਿਹਰਬਾਨੀ ਸ਼ੁਕਰੀਆ। ਇਸ ਕੰਮ ਵਾਲੀ ਦੁਨੀਆ ਵਿੱਚ ਕੋਈ ਬਿੰਦ ਕਿਸੇ ਕੋਲ ਖੜਦਾ ਨਹੀਂ। ਪ੍ਰਬੰਧ ਕਮੇਟੀ ਧੰਨ ਧੰਨ ਪੀਰ ਬਾਬਾ ਗੁੱਜਾ ਪੀਰ ਜੀ, ਪਿੰਡ ਵਰਸੋਲਾ, ਪ੍ਰਬੰਧਕ ਕੈਬਨਿਟ ਮੰਤਰੀ ਸਰਦਾਰ ਕੁਲ, ਉਹਨਾਂ ਨਾਲ ਸ਼੍ਰੀ ਰਮਨ ਬਹਿਰ ਸਾਹਿਬ, ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ, ਤੁਸੀਂ ਫਰਮਾ ਹੋ ਚੁੱਕੇ ਨੇ ਸਾਰੀਆਂ ਹੀ ਮਹਿਨਾਜ ਹਸਤੀਆਂ ਨੂੰ। ਤੈਨੂੰ ਜੱਟ ਸਫਾਰੀ ਤੇ ਨੀ ਰਿਹਾ ਘੁੰਮੇ ਦੀ ਪੜਦਾ, ਘੁੰਮੇ ਦੀ ਪੜਦਾ ਹੁਣ ਰਾਂਝੇ ਦਾ ਚੇਲਾ ਨੀ ਤੇਰੀ ਖਾਤਰ ਜੱਟ ਤੇਰੀ ਖਾਤਰ ਝੋਲਾ ਵੀ ਲਾਉਣਾ ਨੀ।
ਆਪਣਾ ਧੋਨੀ ਇੰਨੇ ਕਰਜੇ ਲਾਹੀ ਦੇ ਤੈਨੂੰ ਤਾਂ ਬਸ ਸੂਟ ਨੀ ਸੁਣ ਸੁਣ ਚਾਹੀਦੇ ਸੱਜਣਾ ਧੋਨੀ ਇੰਨੇ ਕਰਜੇ ਲਾਹੀ ਦੇ ਨੀ ਮਿੱਤਰਾ ਧੋਨੀ ਇੰਨੇ ਕਰਜੇ ਲਾਹੀ ਦੇ ਤੈਨੂੰ ਕਿੱਥੋਂ ਰੋਜ਼ ਬਖਾ ਦਿਆ ਤੈਨੂੰ ਕਿੱਥੋਂ ਰੋਜ਼ ਬਖਾ ਦਿਆ ਤੈਨੂੰ ਕਿੱਥੋਂ ਰੋਜ਼ ਬਖਾ ਦਿਆ ਲਾਹੀ ਤੇਰੀ ਖਾਤਰ ਅੱਜ ਅਸੀਂ ਪਰੋਵਾ ਪਿੰਡ ਦੇ ਵਿੱਚ ਸੱਭਿਆਚਾਰਕ ਤੇ ਖੇਡ ਮੇਲਾ ਇੱਥੇ ਮੇਲੇ ਦੇ ਵਿੱਚ ਸਾਡੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਬੈਲ ਸਾਹਿਬ ਰਮਨ ਬੈਲ ਜੀ ਨੇ ਸੱਦਾ ਦਿੱਤਾ ਸੀਗਾ ਉਹਨਾਂ ਦੇ ਸੱਦੇ ਤੇ ਪਿੰਡ 'ਚ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਉਹਦੇ 'ਚ ਆਏ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦਾ ਇਹ ਪ੍ਰੋਗਰਾਮ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਅਤੇ ਪੰਜਾਬ ਨੂੰ ਜੇ ਆਪਾਂ ਰੰਗਲਾ ਪੰਜਾਬ ਦੇਖਣਾ ਤਾਂ ਪੰਜਾਬ ਦੇ ਅੰਦਰ ਖੇਡਾਂ ਸੱਭਿਆਚਾਰਕ ਮੇਲੇ ਉਹ ਬਹੁਤ ਜ਼ਰੂਰੀ ਹੈ ਸੋ ਮੈਂ ਪਿੰਡ ਵਾਲਿਆਂ ਨੂੰ ਵਧਾਈ ਦੇਣ ਆਇਆ ਸੀ ਕਿ ਉਹਨਾਂ ਨੇ ਇੱਕ ਚੰਗੀ ਪਿਰਤ ਪਾਈ ਆ ਹਰ ਸਾਲ ਮੇਲਾ ਲਾਉਂਦੇ ਆ ਆ ਕੇ ਬੜਾ ਮਨ ਖੁਸ਼ ਹੋਇਆ ਜੇ ਮਹਾਰਾਜ ਸੱਚੇ ਪਾਤਸ਼ਾਹ ਕਦੋਂ ਤਾਂ ਅਗਲੀ ਵਾਰ ਜੂਦ ਮੇਲੇ ਦੇ ਵਿੱਚ ਆਵਾਂਗੇ ਲੱਖ ਰੁਪਈਆ ਜਿੰਨੀ ਮੰਗੀ ਸੀ ਉਹਨੇ ਦੇਤੀ ਉਹ ਦੱਸੋ ਕੀ ਪਿੰਡਾਂ ਦਾ ਚੰਗਾ ਜਿਹੜਾ ਵਿਕਾਸ ਕਰ ਰਹੇ ਪਿੰਡਾਂ ਦੇ ਵਿੱਚ ਅਸੀਂ ਜਿਹੜੀਆਂ ਮਹੱਲਾ ਕਲੀਨਿਕ ਬਣਾ ਰਹੇ ਹਾਂ ਸਕੂਲ ਜਿਹੜੇ ਆ ਸਕੂਲ ਆਫ ਐਮੀਨੈਂਸ ਬਣਾ ਰਹੇ ਹਾਂ ਖਾਸ ਤੌਰ 'ਤੇ ਜਿਹੜੀ ਸਪੋਰਟਸ ਹੈ ਉਹਨੂੰ ਡਿਵੈਲਪ ਕਰਨ ਵਾਸਤੇ ਪਿੰਡਾਂ ਤੋਂ ਲੈ ਕੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਅਤੇ ਸਟੇਟ ਲੈਵਲ 'ਤੇ ਆਪਣੇ ਜਿਹੜੇ ਖਿਡਾਰੀ ਜਿਹੜੇ ਸਟੇਟ ਖੇਡਦੇ ਆ ਨੈਸ਼ਨਲ ਖੇਡਦੇ ਆ ਏਸ਼ੀਅਨ ਖੇਡਦੇ ਆ ਇੰਟਰਨੈਸ਼ਨਲ ਖੇਡਦੇ ਆ ਉਹਨਾਂ ਸਾਰੇ ਖਿਡਾਰੀਆਂ ਨੂੰ ਚੰਗੀ ਟ੍ਰੇਨਿੰਗ ਦੇ ਕੇ ਇੱਕ ਵਧੀਆ ਖਿਡਾਰੀ ਬਣਾਉਣਾ ਜਿਹਦੇ ਨਾਲ ਪੰਜਾਬ ਦਾ ਨਾਂ ਜਿਹੜਾ ਉਹ ਰੋਸ਼ਨ ਹੋ ਸਕੇ ਅੱਜ ਵਰਸੋਲੇ ਪਿੰਡ ਵਿੱਚ ਬਾਬਾ ਗੁੱਜਾ ਪੀਰ ਸਿੰਘ ਮੇਲਾ ਕਰਾਇਆ ਜਾ ਰਿਹਾ ਅੱਜ ਇਸ ਵਿੱਚ ਮੁੱਖ ਮਹਿਮਾਨ ਕੁਲਦੀਪ ਸਿੰਘ ਧਾਲੀਵਾਲ ਸ਼ੈਰੀ ਕਲਸੀ ਰਮਨ ਬਹਿਲ ਜੀ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਪਹੁੰਚੇ ਸੀਗੇ ਗੁਰਦਾਸਪੁਰ ਔਰ ਕਪੂਰਥਲਾ ਵਿੱਚ ਕਬੱਡੀ ਮੈਚ ਹੋਣਾ ਜਿਹੜਾ ਜਿੱਤੇਗਾ ਉਹਨੂੰ 65,000 ਰੁਪਇਆ ਜਿਹੜਾ ਹਾਰੇਗਾ ਉਹਨੂੰ 55,000 ਰੁਪਏ ਦਾ ਇਨਾਮ ਦਿੱਤਾ ਜਾਣਾ ਹਾਂਜੀ ਮੇਲੇ ਵਾਸਤੇ 3,00,000 ਦੀ ਗ੍ਰਾਂਟ ਦੇ ਕੇ ਗਏ ਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਾਫੀ ਗੈਦਰਿੰਗ ਆ 2,000 ਪਲੱਸ ਲੋਕ ਆਏ ਹੋਏ ਆ ਦੇਖੋ ਜਿੱਦਾਂ ਮਹਾਰਾਜ ਕਰੇਗਾ ਜੀ ਉਹ ਜਿਸ ਤਰ੍ਹਾਂ ਦਾ ਹੁਕਮ ਹੋਏਗਾ ਦਾਤੇ ਦਾ ਉਸ ਤਰ੍ਹਾਂ ਕਰਾਂਗੇ ਜੀ ਥੈਂਕ ਯੂ